ਜ਼ਿਲ੍ਹਾ ਗੁਰਦਾਸਪੁਰ ਕੇ ਗਾਮ ਮਾਣੇਪੁਰ ਕੇ ਗੁਰਵਿੰਦਰ ਸਿੰਘ 137 ਬਟਾਲੀਅਨ BSF ਕਾ ਜਵਾਨ ਜੋ ਜੰਮੂ ਕਸ਼ਮੀਰ ਕੇ ਪੁੰਛ ਸੈਕਟਰ ਮੇਂ ਡਿਊਟੀ ਪਰ ਤੈਨਾਤ ਥਾ ਕਿ ਬੀਤੇ ਦਿਨ ਡਿਊਟੀ ਕੇ ਵਕਤ ਸ਼ਹਾਦਤ ਕਾ ਜਾਪ ਪੀ ਗਿਆ ਥਾ। ਸ਼ਹੀਦ ਕਾ ਪਾਰਥਿਵ ਸਰੀਰ ਆਜ ਉਸਕੇ ਗਾਮ ਮੇਂ ਸੰਸਕਾਰ ਕੇ ਲਈ ਲਾਇਆ ਗਿਆ, ਜਹਾਂ ਸ਼ਹੀਦ ਕੇ ਫੌਜੀ ਭਾਈ ਨੇ ਮੁੱਖ ਅਗਨੀ ਦੀ ਸ਼ਹੀਦ ਕੋ ਸ਼ਰਧਾਂਜਲੀ ਦੇਣੇ। ਪੰਜਾਬ ਸਰਕਾਰ ਕੇ ਕੈਬਨਿਟ ਮੰਤਰੀ ਔਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਕੇ ਇਲਾਵਾ ਗਾਂਵ ਵਾਸੀ ਵੀ ਮੌਜੂਦ ਥੇ। ਸਰਕਾਰੀ ਸਨਮਾਨ ਕੇ ਸਾਥ ਸ਼ਹੀਦ ਕਾ ਅੰਤਿਮ ਸੰਸਕਾਰ ਕੀਆ ਗਿਆ। ਵਹੀਂ BSF ਕੀ ਟੁਕੜੀ ਨੇ ਸਲਾਮੀ ਦੀ। ਪੰਜਾਬ ਸਰਕਾਰ ਕੇ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਕੀ ਤਰਫ ਸੇ ਸ਼ਹੀਦ ਕੇ ਪਰਿਵਾਰ ਕੋ 10 ਲੱਖ ਕੀ ਮਾਲੀ ਮਦਦ ਕਰਨੇ ਕੀ ਐਲਾਨ ਵੀ ਕੀਆ ਔਰ ਸ਼ਹੀਦ ਕੀ ਯਾਦ ਮੇਂ ਏਕ ਗੇਟ ਬਣਵਾਇਆ ਜਾਣੇ ਕਾ ਵੀ ਐਲਾਨ ਕੀਆ। ਗੁਰਵਿੰਦਰ ਸਿੰਘ ਸਾਡੇ ਪਿੱਛੇ ਬਾਰਡਰ 'ਤੇ ਸ਼ਹੀਦ ਹੋਇਆ। ਪੰਜਾਬ ਸਰਕਾਰ ਕੈਪਟਨ ਸਾਹਿਬ ਦੱਸਣਾ ਆਇਆ, ਉਹਨਾਂ ਦਾ ਮੈਸੇਜ ਆਇਆ 10 ਲੱਖ ਰੁਪਈਆ, ਇੱਕ ਯਾਦਗਾਰੀ ਗੇਟ, ਜੇ ਕੋਈ ਇਸ ਬੱਚੇ ਦਾ ਡਿਪੈਂਡੈਂਟ ਹੋਏਗਾ ਤਾਂ ਉਹਦੀ ਨੌਕਰੀ ਵੀ ਦਿੱਤੀ ਹੈ। ਬਾਕੀ ਇਹ ਸ਼ਹਾਦਤ ਦਾ ਮੁੱਲ 'ਚ ਤਾਂ ਕੋਈ ਦੇਣ ਨਹੀਂ ਹੋ ਸਕਦਾ, ਨਾ ਘਰ ਵਾਲਿਆਂ ਦਾ ਘਾਟਾ, ਕੁਦਰਤੀ ਪੂਰਾ ਨਹੀਂ ਕਰ ਸਕਦੀ। ਅਕਾਲ ਪੁਰਖ ਦੀਆਂ ਖੇਡਾਂ ਨੇ, ਉਹਦੇ ਕਿ ਸਿਰ ਚੁਕਾਉਣਾ ਪੈਂਦਾ, ਪਰ ਜੋ ਪੰਜਾਬ ਸਰਕਾਰ ਦੀ ਪਾਲਿਸੀ ਉਹਦੇ ਮੁਤਾਬਕ ਸਭ ਕੁਝ ਕੀਤਾ। 137 ਕਾ ਜਵਾਨ ਥਾ, ਗੁਰਵਿੰਦਰ ਸਿੰਘ ਨਾਮ ਥਾ, ਔਰ LOC ਪੇ ਕਾਂਡ ਹੋ ਗਿਆ ਔਰ ਹਮ ਉਸਕੀ ਡੈਡ ਬਾਡੀ ਯਹਾਂ ਇਨਕੋ ਛੋੜਨੇ ਕੇ ਲੀਏ ਆ ਗਏ। ਅਬ ਹਮ ਤੋ ਹੈਂਡ ਓਵਰ ਕਰਨੇ ਕੇ ਲੀਏ ਆਏ ਹੈ, ਤੋ ਹਮ ਇਨਕੋ ਹੈਂਡ ਓਵਰ ਕਰ ਦੀਏ ਹੈ।